ਉਹਨਾਂ ਨੇ 2015 ਦੇ ਵਿੱਚ ਡਾਇਲਿਸਿਸ ਮਸ਼ੀਨਾਂ ਲਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ। ਉਦੋਂ ਮੈਡੀਕਲ ਕੈਂਪ ਲੱਗਦੇ ਸੀ ਅਤੇ ਉਹਨਾਂ ਦੇ ਵਿੱਚ ਮਰੀਜ਼ ਆਉਂਦੇ ਸੀਗੇ ਜਿਹੜੇ ਡਾਇਲਿਸਿਸ ਕਰਵਾਉਂਦੇ ਸੀ। ਉਹਨਾਂ ਨੇ ਇੱਥੇ ਜਿਹੜੀਆਂ ਮਸ਼ੀਨਾਂ ਦਿੱਤੀਆਂ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਪਟਿਆਲਾ ਦੇ ਲੋਕਾਂ ਨੂੰ। ਉਹ ਰੂਟੀਨਲੀ ਸਾਡੇ ਕੋਲ ਡਾਇਲਿਸਿਸ ਵਾਸਤੇ ਆਉਂਦੇ ਆ। ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਪੂਰੀ ਮਦਦ ਦਿੱਤੀ ਜਾਵੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਡਾਇਲਿਸਿਸ ਕਿੱਥੋਂ ਕਰਾਉਂਦੇ ਆ, ਤਾਂ ਉਹ ਦੱਸਦੇ ਸੀ ਕਿ ਅਸੀਂ ਚੰਡੀਗੜ੍ਹ ਤੋਂ ਕਰਾਉਂਦੇ ਹਾਂ। ਜਿਹੜੇ ਪੇਸ਼ੈਂਟ ਸੀ ਕੋਈ ਸੰਗਰੂਰ ਤੋਂ ਆਉਂਦੇ ਸੀ, ਕੋਈ ਬਠਿੰਡੇ ਤੋਂ ਆਉਂਦੇ ਸੀ, ਅਤੇ ਉਦੋਂ ਜਿਹੜਾ ਰੇਟ ਸੀਗਾ ਉਹ ਵੀ 3000 ਦੇ ਕਰੀਬ ਸੀਗਾ। ਅਤੇ ਬਰੋਏ ਸਾਹਿਬ ਨੇ ਸੋਚਿਆ ਵੀ ਕਿ ਉਹਨਾਂ ਮਸ਼ੀਨਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣ। ਉਹਨਾਂ ਨੇ 15000 ਦੇ ਵਿੱਚ ਟੀਚਾ ਬਣਾਇਆ, ਕਿਸੇ ਵੀ ਪੇਸ਼ੈਂਟ ਨੂੰ 15 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਚੱਲਣਾ ਪਊਗਾ, ਅਤੇ ਉਹਨਾਂ ਦਾ ਜਿਹੜਾ ਡਾਇਲਿਸਿਸ ਹੈ ਉਹ 750 ਰੁਪਏ ਤੋਂ ਘੱਟ ਦੀ ਕੀਮਤ 'ਤੇ ਹੋਊਗਾ। ਅਤੇ ਸਰਵਾਦਾ ਪੱਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾਕਟਰ ਐਸ ਪੀ ਸਿੰਘ ਬਰੋਏ, ਉਹਨਾਂ ਨੇ 2015 ਦੇ ਵਿੱਚ ਡਾਇਲਿਸਿਸ ਮਸ਼ੀਨਾਂ ਲਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ। ਉਦੋਂ ਮੈਡੀਕਲ ਕੈਂਪ ਲੱਗਦੇ ਸੀ ਅਤੇ ਉਹਨਾਂ ਦੇ ਵਿੱਚ ਮਰੀਜ਼ ਆਉਂਦੇ ਸੀਗੇ ਜਿਹੜੇ ਡਾਇਲਿਸਿਸ ਕਰਵਾਉਂਦੇ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਡਾਇਲਿਸਿਸ ਕਿੱਥੋਂ ਕਰਾਉਂਦੇ ਆ, ਤਾਂ ਉਹ ਦੱਸਦੇ ਸੀ ਕਿ ਅਸੀਂ ਚੰਡੀਗੜ੍ਹ ਤੋਂ ਕਰਾਉਂਦੇ ਹਾਂ। ਜਿਹੜੇ ਪੇਸ਼ੈਂਟ ਸੀ ਕੋਈ ਸੰਗਰੂਰ ਤੋਂ ਆਉਂਦੇ ਸੀ, ਕੋਈ ਬਠਿੰਡੇ ਤੋਂ ਆਉਂਦੇ ਸੀ, ਅਤੇ ਉਦੋਂ ਜਿਹੜਾ ਰੇਟ ਸੀਗਾ ਉਹ ਵੀ 3000 ਦੇ ਕਰੀਬ ਸੀਗਾ। ਅਤੇ ਬਰੋਏ ਸਾਹਿਬ ਨੇ ਸੋਚਿਆ ਵੀ ਕਿ ਉਹਨਾਂ ਮਸ਼ੀਨਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣ। ਉਹਨਾਂ ਨੇ 15000 ਦੇ ਵਿੱਚ ਟੀਚਾ ਬਣਾਇਆ, ਕਿਸੇ ਵੀ ਪੇਸ਼ੈਂਟ ਨੂੰ 15 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਚੱਲਣਾ ਪਊਗਾ, ਅਤੇ ਉਹਨਾਂ ਦਾ ਜਿਹੜਾ ਡਾਇਲਿਸਿਸ ਹੈ ਉਹ 750 ਰੁਪਏ ਤੋਂ ਘੱਟ ਦੀ ਕੀਮਤ 'ਤੇ ਹੋਊਗਾ। ਅਤੇ ਉਹ ਟੀਚਾ ਹੁਣ ਜਿਹੜਾ ਹੈ ਉਹ ਪੂਰਾ ਹੋ ਗਿਆ ਆ। ਅਤੇ ਪਟਿਆਲੇ ਦੇ ਵਿੱਚ 11 ਸੈਂਟਰ ਹੈ, ਜਿਨ੍ਹਾਂ ਵਿੱਚੋਂ ਅੱਜ ਅਸੀਂ ਜਿਹੜੇ AP ਹੈਲਥ ਕੇਅਰ ਦਾ ਟਰੋਮਾ ਸੈਂਟਰ ਹੈ ਉਹਦੇ ਮਾਲਕ ਜਿਹੜੇ ਹੈਗੇ ਆ ਡਾਕਟਰ ਅਰਨ ਭੰਡਾਰੀ ਜੀ, ਉਹ ਰਨ ਕਰ ਰਹੇ ਆ। ਅਤੇ ਇਸ ਸੈਂਟਰ ਦੇ ਵਿੱਚ ਜਿਹੜੀ ਆ ਚੌਥੀ ਮਸ਼ੀਨ ਜਿਹੜੀ ਆ ਉਹ ਡੋਨੇਟ ਕੀਤੀ ਆ। ਅਤੇ ਇਹਨਾਂ ਦਾ ਜਿਹੜਾ ਸੈਂਟਰ ਹੈ ਬਹੁਤ ਹੀ ਵਧੀਆ ਚੱਲਦਾ ਆ। ਇਹਨਾਂ ਨੇ ਪਿਛਲੇ ਸਾਲ ਇਹਨਾਂ ਨੇ 348 ਮਰੀਜ਼ਾਂ ਦੀਆਂ ਕੋਈ 2500 ਤੋਂ ਵੱਧ ਡਾਇਲਿਸਿਸ ਕੀਤੀਆਂ। ਅਤੇ ਜਿਹੜੀ ਅੱਜ ਹੁਣ 6 ਮਹੀਨੇ ਦੀ ਆ ਉਹਦੇ ਵਿੱਚ 30/6/2024 ਤੱਕ ਦੀ ਰਿਪੋਰਟ ਹੈ ਇਹਨਾਂ ਦੀ, ਉਹਦੇ ਵਿੱਚ ਇਹਨਾਂ ਨੇ 225 ਮਰੀਜ਼ਾਂ ਦੇ ਡਾਇਲਿਸਿਸ ਕੀਤੇ ਆ, ਜਿਹੜੇ ਕਿ 1800 ਤੋਂ ਉੱਪਰ ਹੈ। ਇਹਨਾਂ ਦੀ ਜਿਹੜੇ ਡਾਇਲਿਸਿਸ ਚੱਲ ਰਹੀਆਂ ਮਸ਼ੀਨਾਂ ਬਹੁਤ ਸੋਹਣੀਆਂ ਚੱਲਦੀਆਂ। ਮੈਂ ਚਾਹੁੰਦਾ ਇਹਨਾਂ ਨੂੰ ਕਹਿਣਾ ਵੀ ਇਹ ਇੱਥੇ ਇੱਕ ਡਾਇਲਿਸਿਸ ਸੈਂਟਰ ਬਣਾਉਣ, ਪ੍ਰੋਪਰ ਸੈਂਟਰ ਬਣਾਉਣ। ਅਵਰਾਇਆ ਜੀ ਦਾ ਇਹ ਖਾਹਿਸ਼ ਹੈ ਕਿ ਇੱਥੇ ਇੱਕ ਹੌਲੀ ਸੌਲੀ ਸਿਰਫ ਡਾਇਲਿਸਿਸ ਸੈਂਟਰ ਹੋਵੇ, ਜਿਹਦੇ ਵਿੱਚ ਕੋਈ 32-33 ਤੋਂ ਮਸ਼ੀਨਾਂ ਅਸੀਂ ਡੋਨੇਟ ਕਰੀਏ, ਅਤੇ ਉਹ ਸੈਂਟਰ ਜਿਹੜਾ ਆ ਸਾਰੇ ਪਟਿਆਲੇ ਨੂੰ ਕੇਟਰ ਕਰਦਾ ਹੋਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਅਰੁਣ ਭੰਡਾਰੀ ਹੈਗਾ, AP ਹੈਲਥ ਕੇਅਰ ਐਂਡ ਟਰੋਮਾ ਸੈਂਟਰ ਨੂੰ ਚਲਾਉਂਦਾ। ਮੈਂ ਬਹੁਤ ਬਹੁਤ ਧੰਨਵਾਦੀ ਹੈਗਾ ਓਬਰਾਏ ਸਾਹਿਬ ਦਾ, ਡਾਕਟਰ ਅਟਵਾਲ ਦਾ, ਸ਼ਰਮਾ ਜੀ ਦਾ। ਉਹਨਾਂ ਨੇ ਇੱਥੇ ਜਿਹੜੀਆਂ ਮਸ਼ੀਨਾਂ ਦਿੱਤੀਆਂ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਪਟਿਆਲਾ ਦੇ ਲੋਕਾਂ ਨੂੰ। ਉਹ ਰੂਟੀਨਲੀ ਸਾਡੇ ਕੋਲ ਡਾਇਲਿਸਿਸ ਵਾਸਤੇ ਆਉਂਦੇ ਆ। ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਪੂਰੀ ਮਦਦ ਦਿੱਤੀ ਜਾਵੇ ਅਤੇ ਵਧੀਆ ਤੋਂ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਜਾਵੇ। ਫਿਰ ਦੁਬਾਰਾ ਮੈਂ ਡਾਕਟਰ ਓਬਰਾਏ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦੀ ਹੈ। ਅਤੇ ਉਹ ਜਿਵੇਂ ਅਟਵਾਲ ਜੀ ਨੇ ਕਿਹਾ ਹੈ ਕਿ ਆਪਣਾ ਸੁਪਨਾ ਲੈਂਦੇ ਹੈ ਕਿ ਸਾਰਾ ਡਾਇਲਿਸਿਸ ਆਪਣੇ ਵੱਡਾ ਸੈਂਟਰ ਆਪਾਂ ਬਣਾਈਏ, ਤਾਂ ਹੋਪਫੁਲੀ ਇਨ ਫਿਊਚਰ ਆਪਾਂ ਉਹ ਸੈਂਟਰ ਬਣਾ ਸਕੀਏ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੇਵਾ ਦੇ ਸਕੀਏ।
ਅਤੇ ਉਹਨਾਂ ਦਾ ਸਪਨਾ ਆਪਣਾ ਸਪਨਾ ਬਣਾ ਕੇ ਸਾਂਝਾ ਰਹੀ।